2.60 تھی ਦੇਖ ਰਹੇ ਸਾਰੇ ਹੀ ਵੀਵਰਸ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀਏ ਦੇ ਪਹਿਲੇ ਸੈਮੈਸਟਰ ਨਾਲ ਸੰਬੰਧਿਤ ਹੈ ਵਿਸ਼ਾ ਹੈ لازਮੀ ਪੰਜਾਬੀ ਤੇ ਇਸ ਵਿਸ਼ੇ ਦੀ ਨਿਰਧਾਰਤ ਪਾਠ ਪੁਸਤਕ ਦਾ ਨਾਮ ਹੈ ਸੁਰ ਸੰਵੇਦਨਾ ਤੇ ਇਸ ਪਾਠ ਪੁਸਤਕ ਦੇ ਵਿੱਚੋਂ ਅਸੀਂ ਪਹਿਲਾਂ ਹੀ ਚਾਰ ਕਵੀਆਂ ਦੀਆਂ ਕਵਿਤਾਵਾਂ ਅਪਲੋਡ ਕਰ ਚੁੱਕੇ ਹੈਗੀਆਂ ਤੇ ਅੱਜ ਅਸੀਂ ਕਵੀ ਅਵਤਾਰ ਪਾਸ਼ ਜੀ ਦੀ ਤੀਜੀ ਰਚਨਾ ਜਿਸ ਦਾ ਸਰਲੇਖ ਹੈ ਗੀਤ ਇਸ ਨੂੰ ਪੜ੍ਹਨਾ ਹੈਗਾ ਤੇ ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਅਜੇ ਤੱਕ ਨਹੀਂ ਵੇਖੀਆਂ ਉਹ ਇਸ ਚੈਨਲ ਦਾ ਲਾਭ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਜਿਹਾ ਕਰ ਸਕਦੇ ਹੈਗੇ ਨੇ ਤੇ ਅੱਜ ਦੀ ਜੋ ਕਵਿਤਾ ਹੈ ਉਸ ਵਿੱਚ ਉਤਾਰ ਸਿੰਘ ਪਾਸ਼ੀ ਨੇ ਇੱਕ ਸੁਪਨਾ ਲਿਆ ਹੈ ਜਿਵੇਂ ਅਸੀਂ ਕਲਪਨਾ ਕਰਦੇ ਹੈਗੇ ਆ ਕਿ ਜੇਕਰ ਇਨਕਲਾਬ ਜਿਹੜਾ ਹੈ ਸਫਲ ਹੋ ਗਿਆ ਇਨਕਲਾਬ ਆ ਗਿਆ ਉਹਨਾਂ ਦਾ ਕੀਤਾ ਹੈ ਸੰਘਰਸ਼ ਸਫਲ ਹੋ ਗਿਆ ਤਾਂ ਫਿਰ ਸਮਾਜ ਦੇ ਵਿੱਚ ਰਾਜ ਪ੍ਰਬੰਧ ਦੇ ਵਿੱਚ ਕਿਹੋ ਜਿਹਾ ਵਾਤਾਵਰਣ ਹੋਵੇਗਾ ਤੇ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਕਵਿਤਾ ਦੇ ਵਿੱਚ ਉਹਨਾਂ ਨੇ ਦਸਿਆ ਹੈਗਾ ਤਾਂ ਪਹਿਲਾਂ ਅਸੀਂ ਇਸ ਦੀ ਦਾ ਪ੍ਰਸੰਗ ਲਿਖਾਂਗੇ ਕਿ ਇਹ ਕਾਵ ਟੋਟਾ ਸੁਰ ਸੁਵੇਦਨਾ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਤੇ ਇਹ ਕਵੀ ਅਵਤਾਰ ਸਿੰਘ ਪਾਸ ਜੀ ਦਾ ਰਚਿਆ ਹੋਇਆ ਗੀਤ ਹੈ ਤੇ ਇਸ ਵਿੱਚ ਕਵੀ ਨੇ ਇਨਕਲਾਬ ਆਉਣ ਦੀ ਅਵਸਥਾ ਦੇ ਵਿੱਚ ਰਾਜ ਪ੍ਰਬੰਧ ਦੇ ਸੁੱਖਾਂ ਭਰੇ ਵਾਤਾਵਰਨ ਦਾ ਦ੍ਰਿਸ਼ ਤਿਰਣ ਕੀਤਾ ਹੈਗਾ ਤੇ ਵਿਆਖਿਆ ਵਿੱਚ ਅਸੀਂ ਕੀ ਕਹਾਂਗੇ ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ ਨੱਚੇਗਾ ਅੰਬਰ ਭੂਮੀ ਗਾਊ ਹਾਣੇ ਭੂਮੀ ਮੀਨਸ ਧਰਤੀ ਅੰਬਰ ਆਕਾਸ਼ ਤੇ ਸੋਨੇ ਦੀ ਸਵੇਰ ਨੂੰ ਕਵੀ ਕੀ ਕਹਿੰਦਾ ਹੈ ਵੀ ਜਦੋਂ ਇਨਕਲਾਬ ਆ ਜਾਵੇਗਾ ਤਾਂ ਕਵੀ ਕਹਿੰਦਾ ਹੈ ਕਿ ਜਦੋਂ ਇਨਕਲਾਬ ਆ ਜਾਵੇਗਾ ਤਾਂ ਉਸ ਸਮੇਂ ਜਿਹੜੀ ਸਵੇਰ ਹੋਵੇਗੀ ਹੋਵੇਗੀ ਉਹ ਇੱਕ ਤਰ੍ਹਾਂ ਸੋਨੇ ਦੀ ਹੋਵੇਗੀ ਅਤੇ ਉਸ ਸਮੇਂ ਖੁਸ਼ੀ ਦੇ ਵਿੱਚ ਇਹ ਆਕਾਸ਼ ਵੀ ਨੱਚਣ ਲੱਗ ਜਾਵੇਗਾ ਅਤੇ ਧਰਤੀ ਵੀ ਖੁਸ਼ੀ ਦੇ ਗੀਤ ਗਾਉਣ ਲੱਗ ਜਾਵੇਗੀ ਤੇ ਕਵੀ ਆਪਣੇ ਸਾਥੀਆਂ ਨੂੰ ਇਹ ਗੱਲ ਦੱਸ ਰਿਹਾ ਹੈ ਖੁਸ਼ੀ ਦੇ ਨਾਲ ਕਲਪਨਾ ਕਰ ਰਿਹਾ ਹੈ ਕਿ ਇਨਕਲਾਬ ਦੇ ਆਉਣ ਦੇ ਨਾਲ ਸਾਰੇ ਪਾਸੇ ਵਾਤਾਵਰਨ ਖੁਸ਼ੀਆਂ ਭਰਿਆ ਹੋ ਜਾਵੇਗਾ ਮਹਿਨਤਾ ਦਾ ਮੁੱਲ ਆਪੇ ਪਾਉਣਾਂ ਲੋਕਾਂ ਨੇ ਧਰਤੀ ਤੇ ਸਵਰਗ ਬਣਾਉਣਾ ਲੋਕਾਂ ਨੇ ਇੱਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ ਬੱਚੇਗਾ ਨਾ ਰੋਟੂ ਕੋਈ ਲਹੂ ਪੀਣ ਨੂੰ ਸੁਹਾ ਝੰਡਾ ਉੱਚਾ ਲਹਿਰਾਉ ਹਾਨੀਆਂ ਸੁਹਾ ਝੰਡਾ ਮਤਲਬ ਲਾਲ ਰੰਗ ਦਾ ਝੰਡਾ ਇਹ ਜਿਹੜਾ ਇਨਕਲਾਬ ਦਾ ਝੰਡਾ ਲਾਲ ਹੀ ਹੁੰਦਾ ਹੈਗਾ ਤੇ ਲੋਟੂ ਦਾ ਅਰਥ ਇਹ ਹੈ ਕਿ ਉਹ ਵਿਅਕਤੀ ਉਹ ਜ਼ਾਲਮ ਵਿਅਕਤੀ ਜਿਹੜਾ ਕਿਸੇ ਦੂਸਰੇ ਦੀ ਮਿਹਨਤ ਦਾ ਜਿਹੜਾ ਫਾਇਦਾ ਉਠਾਉਂਦਾ ਹੈ ਉਸ ਨੂੰ ਤੰਗ ਕਰਦਾ ਹੈ ਕਿਸੇ ਵੀ ਪ੍ਰਕਾਰ ਦਾ ਜ਼ੁਲਮ ਕਰਦਾ ਹੈ ਉਸ ਨੂੰ ਲੋਟੂ ਕਿਹਾ ਜਾਂਦਾ ਹੈ ਠੀਕ ਹੈ ਤਾਂ ਕਵੀ ਕਹਿੰਦਾ ਹੈ ਵੀ ਜਦੋਂ ਇਨਕਲਾਬ ਆ ਜਾਵੇਗਾ ਫੇਰ ਸਾਰੇ ਹੀ ਲੋਕਾਂ ਨੇ ਆਪਣੀ ਮਿਹਨਤ ਦਾ ਮੁੱਲ ਪ੍ਰਾਪਤ ਕਰਨਾ ਸਿੱਖ ਲੈਣਾ ਹੈ ਅਤੇ ਫਿਰ ਸਾਰੇ ਲੋਕ ਰਲ ਮਿਲ ਕੇ ਖੁਸ਼ੀ-ਖੁਸ਼ੀ ਇਸ ਧਰਤੀ ਨੂੰ ਹੀ ਸਵਰਗ ਬਣਾ ਲੈਣਗੇ ਤੇ ਸਾਰਿਆਂ ਦੇ ਜੀਣ ਲਈ ਇੱਕੋ ਜਿੰਨੀ ਖੁਸ਼ੀ ਹੋਵੇਗੀ ਭਾਵ ਕਿਸੇ ਨਾਲ ਜਿਹੜਾ ਧੋਖਾ ਵਲ ਛਲ ਨਹੀਂ ਹੋਵੇਗਾ ਅਨਿਆ ਨਹੀਂ ਹੋਵੇਗਾ ਤੇ ਇਸ ਕਰਕੇ ਸਾਰੇ ਲੋਕ ਹੀ ਖੁਸ਼ੀ-ਖੁਸ਼ੀ ਇਸ ਧਰਤੀ ਉੱਤੇ ਜਿਉਣਗੇ ਬੱਚੇ ਨਾ ਬੱਚੇਗਾ ਨਾ ਲੋਟੂ ਕੋਈ ਲਹੂ ਪੀਣ ਤੇ ਇਸ ਧਰਤੀ ਉੱਤੇ ਫਿਰ ਕੋਈ ਵੀ ਜ਼ਾਲਮ ਜਿਹੜਾ ਹੈ ਜ਼ੁਲਮ ਕਰਨ ਵਾਲਾ ਜ਼ਾਲਮ ਨਹੀਂ ਬਚੇਗਾ ਇਸ ਕਰਕੇ ਸਾਰੇ ਲੋਕ ਖੁਸ਼ੀ-ਖੁਸ਼ੀ ਜ਼ਿੰਦਗੀ ਜਿਉਣਗੇ ਤੇ ਇਸ ਤਰ੍ਹਾਂ ਜਿਹੜਾ ਇਨਕਲਾਬ ਦਾ ਇਹ ਲਾਲ ਸੂਹਾ ਝੰਡਾ ਹੈ ਹਮੇਸ਼ਾ ਉੱਚਾ ਹੀ ਝੁਲਦਾ ਰਹੇਗਾ ਉੱਚਾ ਹੀ ਲਹਿਰਾਉਂਦਾ ਰਹੇਗਾ ਤੇ ਇਸ ਤਰ੍ਹਾਂ ਖੁਸ਼ੀ ਦਾ ਸਮਾਂ ਇਨਕਲਾਬ ਦੇ ਆਉਣ ਦੇ ਨਾਲ ਹੀ ਆਵੇਗਾ ਭੁੱਖਾ ਨੰਗਾ ਸੌਣਾ ਕੋਈ ਫੁੱਟਪਾਥ ਤੇ ਜੀਣ ਦਾ ਸਮਾਨ ਹੋ ਸਭ ਵਾਸਤੇ ਰੋਲੂ ਨਾ ਕੋਈ ਪੈਰਾ ਸੱਧਰਾ ਪੈਰੀ ਸੱਧਰਾ ਕੁਵਾਰੀਆਂ ਦਿਲ ਤੇ ਗਰੀਬ ਦੇ ਨਾ ਫੇਰੂ ਆਰੀਆਂ ਡਰ ਨਾ ਕੋਈ ਕਿਸੇ ਨੂੰ ਡਰਾਉ ਹਾਨੀ ਡਰੂ ਨਾ ਕੋਈ ਕਿਸੇ ਨੂੰ ਡਰਾਉ ਹਾਨੀ ਹੁਣ ਅਗਲੀਆਂ ਲਾਈਨਾਂ ਦੇ ਵਿੱਚ ਕਵੀ ਨੇ ਦੱਸਿਆ ਹੈ ਵੀ ਇਹ ਸਮਾਜ ਦੇ ਵਿੱਚ ਲੋਕਾਂ ਦਾ ਕੀ ਅਵਸਥਾ ਹੋਵੇਗੀ ਇਨਕਲਾਬ ਦੇ ਸਫਲ ਹੋ ਜਾਣ ਦੀ ਅ ਦੇ ਸਮੇਂ ਦੇ ਵਿੱਚ ਠੀਕ ਹੈ ਉਹ ਕੀ ਕਹਿੰਦਾ ਹੈਗਾ ਕਿ ਭੁੱਖਾ ਨੰਗਾ ਸੌ ਨਾ ਕੋਈ ਫੁੱਟ ਫਾਤੇ ਤੇ ਕਿ ਇਨਕਲਾਬ ਦੇ ਆਉਣ ਦੇ ਉੱਤੇ ਕਿਸੇ ਵਿਅਕਤੀ ਨੂੰ ਮਜਬੂਰੀ ਵਸ ਫੁੱਟਪਾਥ ਦੇ ਉੱਤੇ ਭੁੱਖੇ ਅਤੇ ਨੰਗੇ ਨਹੀਂ ਸੌਣਾ ਪਵੇਗਾ ਜੀਣ ਦਾ ਸਮਾਨ ਹੋ ਸਭ ਵਾਸਤੇ ਤੇ ਉਸ ਸਮਾਜ ਦੇ ਵਿੱਚ ਹਰੇਕ ਵਿਅਕਤੀ ਦੇ ਜਿਉਣ ਦੀਆਂ ਲਈ ਉਸ ਲਈ ਜਿਹੜੀਆਂ ਮੁਢਲੀਆਂ ਲੋੜਾਂ ਹੋਣਗੀਆਂ ਉਹ ਉਪਲਬਧ ਹੋਣਗੀਆਂ ਜਿਵੇਂ ਆਪਾਂ ਕਹਿੰਦੇ ਰੋਟੀ ਕੱਪੜਾ ਤੇ ਮਕਾਨ ਹਰ ਕਿਸੇ ਦੀ ਜ਼ਰੂਰਤ ਹੈ ਤਾਂ ਕਵੀ ਕਹਿੰਦਾ ਹੈ ਵੀ ਇਨਕਲਾਬ ਆਉਣ ਤੇ ਹਰੇਕ ਕੋਲ ਇਹ ਜ਼ਰੂਰ ਜੀਣ ਦੀਆਂ ਮੁਢਲੀਆਂ ਜ਼ਰੂਰਤਾਂ ਹਰ ਕਿਸੇ ਕੋਲ ਹੋਣਗੀਆਂ ਸਹੂਲਤਾਂ ਸਭ ਕੁਝ ਔਲ ਹੋਣਗੀ ਅਤੇ ਕਿਸੇ ਨੂੰ ਮਜਬੂਰੀ ਵਾਸ ਫੁੱਟ ਵਾਸ ਤੇ ਭੁੱਖਿਆ ਨੰਗਿਆ ਨਹੀਂ ਸੌਣਾ ਪਵੇਗਾ ਅਤੇ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਕੋਈ ਵੀ ਅਜਿਹਾ ਜ਼ਾਲਮ ਨਹੀਂ ਹੋਵੇਗਾ ਕੋਈ ਕਿਸੇ ਦੀਆਂ ਜਿਹੜੀਆਂ ਸੱਦਰਾਂ ਨੇ ਖਾਹਿਸ਼ਾਂ ਨੇ ਉਹਨਾਂ ਨੂੰ ਪੈਰਾਂ ਵਿੱਚ ਰੋਲ ਸਕੇਗਾ ਵੀ ਕਿਸੇ ਕੋਲ ਇੰਨੀ ਤਾਕਤ ਨਹੀਂ ਹੋਵੇਗੀ ਕਿ ਤੇ ਲੋਕਾਂ ਦਾ ਹੀ ਇੱਕ ਤਰ੍ਹਾਂ ਦਾ ਰਾਜ ਹੋਵੇਗਾ ਤੇ ਕਿਸੇ ਨੂੰ ਜਿਹੜਾ ਸਤਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ ਦਿਲ ਤੇ ਗਰੀਬ ਦੇ ਨਾ ਫੇਰੂਆ ਰਹਿੰਦੇ ਦਿਲ ਤੇ ਆਰੀ ਫੇਰਨਾ ਹੁੰਦਾ ਕਿਸੇ ਨੂੰ ਬੁਰੀ ਤਰ੍ਹਾਂ ਸਤਾਉਣਾ ਤਾਂ ਕਵੀ ਕਹਿੰਦਾ ਹੈਗਾ ਕਿ ਉਸ ਸਮੇਂ ਜਿਹੜਾ ਹੈ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਊਗਾ ਜਿਹੜਾ ਕਿਸੇ ਗਰੀਬ ਬੰਦੇ ਦੇ ਦਿਲ ਦੇ ਉੱਤੇ ਆਰੀ ਚਲਾ ਸਕਦਾ ਹੋਵੇ ਭਾਵੇਂ ਜਹੱਕ ਤੇ ਵੀ ਕੋਈ ਵਿਅਕਤੀ ਨਹੀਂ ਬਚੇਗਾ ਡਰੋ ਨਾ ਕੋਈ ਕਿਸੇ ਨੂੰ ਡਰਾਉਣੀ ਉਹ ਕਹਿੰਦੇ ਨੇ ਵੀ ਨਾ ਡਰੋ ਨਾ ਡਰੋ ਡਰਾਉ ਨਾ ਆਪਾਂ ਕਹਿੰਦੇ ਜਿਉ ਤੇ ਜਿਉਣ ਦਿਓ ਹਨਾ ਇੱਕ ਆਪ ਸਾਡੇ ਕੋਲ ਇੱਕ ਧਾਰਨਾ ਹੈਗੀ ਆ ਵੀ ਆਪ ਵੀ ਜੀਓ ਤੇ ਦੂਜਿਆਂ ਵੀ ਜੀਉਣ ਦੇ ਤਾਂ ਇੱਥੇ ਕਿਹਾ ਵੀ ਡਰੂ ਨਾ ਕੋਈ ਕਿਸੇ ਨੂੰ ਡਰਾਉ ਹਣੇ ਵੀ ਨਾ ਤਾਂ ਕੋਈ ਕਿਸੇ ਤੋਂ ਡਰੇਗਾ ਤੇ ਨਾ ਹੀ ਕਿਸੇ ਨੂੰ ਡਰਾਵੇਗਾ ਹੁਣ ਕਾਰਨ ਤਾਂ ਕੀ ਆ ਵੀ ਜੇ ਕੋਈ ਡਰਾਉਣ ਵਾਲਾ ਹੋਵੇ ਤਾਂ ਬੰਦਾ ਡਰ ਹੀ ਜਾਂਦਾ ਹਨਾ ਜੇ ਆਪਾਂ ਕਹਿੰਦੇ ਆ ਵੀ ਆਮ ਸਮਾਜ ਦੇ ਵਿੱਚ ਵੀ ਜਿਹੜਾ ਪੈਸੇ ਵਾਲਾ ਹੈ ਜਾਂ ਤਕੜਾ ਹੈ ਉਹ ਕਮਜ਼ੋਰ ਤੇ ਲਾਚਾਰ ਨੂੰ ਫਿਰ ਡਰਾ ਦਿੰਦਾ ਹੈਗਾ ਪਰ ਹੁਣ ਕਵੀ ਇੱਥੇ ਕਲਪਨਾ ਕਰਦਾ ਹੈ ਵੀ ਇਨਕਲਾਬ ਦੇ ਆਉਣ ਤੇ ਕੋਈ ਵਿਅਕਤੀ ਕਿਸੇ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ ਤੇ ਇਸ ਕਰਕੇ ਕੋਈ ਵਿਅਕਤੀ ਕਿਸੇ ਕੋਲੋਂ ਜਿਹੜਾ ਹੈ ਨਾਜਾਇਜ਼ ਡਰ ਕੇ ਨਹੀਂ ਰਹੇਗਾ। ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰਹੂਗਾ, ਸਾਰਿਆਂ ਦੇ ਨਾਲ ਇਨਸਾਫ ਹੋਊਗਾ। ਤਾਂ ਇਸ ਤੋਂ ਇਲਾਵਾ ਉਸ ਸਮਾਜ ਦੇ ਵਿੱਚ ਕੀ ਹੋਵੇਗਾ ਵੀ ਕਿਸੇ ਮਾਂ ਦਾ ਜਿਹੜਾ ਬੱਚਾ ਹੈ, ਜਵਾਕ ਹੁੰਦਾ ਬੱਚਾ ਉਹ ਭੁੱਖ ਦੇ ਨਾਲ ਨਹੀਂ ਰੋਵੇਗਾ ਅਤੇ ਹਰੇਕ ਵਿਅਕਤੀ ਦੇ ਨਾਲ ਪੂਰੇ ਦਾ ਬਰਾਬਰ ਦਾ ਇਨਸਾਫ ਹੋਵੇਗਾ ਉਸ ਰਾਜ ਪ੍ਰਬੰਧ ਦੇ ਵਿੱਚ ਹਰ ਕੋਈ ਬਰਾਬਰ ਹੋਵੇਗਾ ਹਰੇਕ ਨੂੰ ਇਨਸਾਫ ਮਿਲ ਜਾਵੇਗਾ ਜੁਗਾਂ ਦੇ ਲਤਾੜੇ ਜ਼ਿੰਦਗੀ ਚ ਆਉਣਗੇ ਜਨਤਾ ਦੇ ਦੁਖੀ ਪੂਰੀ ਸਜ਼ਾ ਪਾਉਣਗੇ ਦੁਖੀ ਹੁੰਦਾ ਜਿਹੜੇ ਗੁਨਾਹਗਾਰ ਹੋਣੇ ਨੇ ਜੁਗਾਂ ਦੇ ਲਤਾੜੇ ਉਹ ਲੋਕ ਜਿਹੜੇ ਸਦੀਆਂ ਤੋਂ ਜਿਹੜੇ ਹੈਗੇ ਨੇ ਅ ਅਸੀਂ ਕਹਿ ਸਕਦੇ ਹਾਂ ਤਕੜੇ ਲੋਕਾਂ ਦੇ ਸਤਾਏ ਹੋਏ ਨੇ ਜਾਂ ਜ਼ਾਲਮ ਲੋਕਾਂ ਦੇ ਸਤਾਏ ਹੋਏ ਲੋਕ ਹੈਗੇ ਨੇ ਉਹ ਖੁਸ਼ੀ ਭਰੀ ਜ਼ਿੰਦਗੀ ਜਿਉਣ ਦੇ ਲਈ ਆ ਜਾਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਹੋ ਜਾਵੇਗੀ ਤੇ ਜਨਤਾ ਨੂੰ ਦੁੱਖ ਦਾਣ ਦੇਣ ਵਾਲੇ ਲੋਕ ਨੇ ਜ਼ਾਲਮ ਲੋਕ ਹੈਗੇ ਨੇ ਉਹਨਾਂ ਨੂੰ ਵੀ ਇਸ ਸਮਾਜ ਦੇ ਵਿੱਚ ਸਹੀ ਸਜ਼ਾ ਪ੍ਰਾਪਤ ਹੋਵੇਗੀ ਇਹ ਨਹੀਂ ਹੈਗਾ ਵੀ ਉਹ ਆਪਣੇ ਪੈਸੇ ਦੇ ਜ਼ੋਰ ਤੇ ਸਜ਼ਾ ਤੋਂ ਬਚ ਜਾਣਗੇ ਤਕੜਾ ਨਾ ਮਾੜੇ ਨੂੰ ਸਤਾਉ ਹਾਣੇ ਸਤਾਉ ਹੁੰਦਾ ਦੁਖੀ ਕਰਨਾ ਡਰਾਉਣਾ ਤੇ ਇਸ ਤਰ੍ਹਾਂ ਉਸ ਸਮਾਜ ਦੇ ਵਿੱਚ ਕੋਈ ਵੀ ਪੈਸੇ ਵਾਲਾ ਤਾਕਤਵਰ ਵਿਅਕਤੀ ਕਿਸੇ ਗਮਜ਼ੋਰ ਗਰੀਬ ਨੂੰ ਉਸ ਵਿਤ੍ਰਿਕੇ ਦੇ ਨਾਲ ਦੁਖੀ ਨਹੀਂ ਕਰ ਸਕੇਗਾ ਸਤਾ ਨਹੀਂ ਸਕੇਗਾ ਅਜਿਹਾ ਸਮਾਜ ਇਨਕਲਾਬ ਆਉਣ ਤੇ ਹੋ ਜਾਵੇਗਾ ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ ਸਾੜਾ ਹੁੰਦਾ ਈਰਖਾ ਦੀ ਭਾਵਨਾ ਮਾਜਵਾ ਦੇ ਵੱਟਾਂ ਮੰਨੇ ਟੁੱਟ ਜਾਣਗੇ ਵੱਟਾਂ ਹੁੰਦੀਆਂ ਨੇ ਜਿਵੇਂ ਖੇਤਾਂ ਦੇ ਵਿੱਚ ਵੱਟ ਪਾਈ ਜਾਂਦੀਆਂ ਨੇ ਮਾਜਬ ਦਾ ਧਰਮ ਹੁਣ ਧਰਮਾਂ ਦਾ ਵਖਰੇਵਾਂ ਦੀ ਗੱਲ ਹੈਗੀ ਆ ਇੱਥੇ ਦੁਨੀਆ 'ਚ ਇੱਕੋ ਹੀ ਜਮਾਤ ਹੋਵੇਗੀ ਰੋਜ਼ ਹੀ ਦੀਵਾਲੀ ਵਾਲੀ ਰਾਤ ਹੋ ਗਈ। ਹੁਣ ਦੀਵਾਲੀ ਵਾਲੀ ਰਾਤ ਹੋਣਾ ਦਾ ਮਤਲਬ ਕੀ ਹੁੰਦਾ? ਖੁਸ਼ੀਆਂ ਭਰਿਆ ਸਮਾਂ। ਰਾਜ-ਰਾਜ ਖਾਣਗੇ, ਕਮਾਊ ਹੋਣੇ। ਕਮਾਊ ਮੀਨਸ ਕਮਾਊ ਕਰਨ ਵਾਲੇ ਲੋਕ ਜਿਹੜੇ ਰਾਜ ਕੇ ਮਿਹਨਤ ਕਰਦੇ ਨੇ ਲੋਕ। ਅਜਿਹੇ ਲੋਕਾਂ ਦੀ ਗੱਲ ਕੀਤੀ ਹੈਗੀ। ਹत्ता ਕبھی ਕਹਿੰਦਾ ਵੀ ਜਦੋਂ ਇਨਕਲਾਬ ਆ ਜਾਵੇ ਆ ਜਾਵੇਗਾ ਤਾਂ ਸਮਾਜ ਦੇ ਵਿੱਚ ਕੀ ਹੋਵੇਗਾ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਇੱਕ ਦੂਜੇ ਪ੍ਰਤੀ ਦੁਸ਼ਮਣੀ ਦੇ ਭਾਵ, ਬੈਰ ਭਾਵ, ਦੁਸ਼ਮਣੀ ਦੇ ਭਾਵ ਅਤੇ ਈਰਖਾ ਦੇ ਭਾਵ ਸਾਰੇ ਖਤਮ ਹੋ ਜਾਣਗੇ। ਅਤੇ ਧਰਮ ਦੇ ਆਧਾਰ ਤੇ ਪੰਝੋਣੀਆ ਵਟਾਂ ਨੇ ਉਹ ਵੀ ਖਤਮ ਹੋ ਜਾਣਗੀਆਂ ਸਾਰੇ ਲੋਕ ਇੱਕ ਦੂਜੇ ਨੂੰ ਪਿਆਰ ਕਰਨਗੇ ਬਿਨਾਂ ਧਰਮ ਦੀ ਪਰਵਾਹ ਕੀਤੇ ਦੁਨੀਆ ਤੇ ਇੱਕੋ ਹੀ ਜਮਾਤ ਹੋਵੇਗੀ ਤੇ ਦੁਨੀਆ ਉੱਤੇ ਸਿਰਫ ਤੇ ਸਿਰਫ ਇੱਕ ਕਿਰਤੀ ਜਮਾਤ ਦੀ ਹੀ ਹੋਂਦ ਹੋਵੇਗੀ ਸਾਰੇ ਲੋਕ ਕਿਰਤੀ ਹੋਣਗੇ ਹੋਰ ਕੋਈ ਜਮਾਤ ਨਹੀਂ ਹੋਵੇਗੀ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਹਰ ਰੋਜ਼ ਹੀ ਦੀਵਾਲੀ ਵਾਲੀ ਰਾਤ ਦੀ ਤਰ੍ਹਾਂ ਖੁਸ਼ੀਆਂ ਦੀ ਜਿਹੜੀ ਹੈ ਚਹਲ ਕਦਮੀ ਹੋਵੇਗੀ ਤੇ ਇਸ ਸਮਾਜ ਦੇ ਵਿੱਚ ਜਿਹੜੇ ਲੋਕ ਰੱਜ ਕੇ ਕਮਾਈ ਕਰਦੇ ਨੇ ਉਹ ਰੱਜ ਰੱਜ ਕੇ ਉਸ ਕਮਾਈ ਦਾ ਲਾਭ ਵੀ ਉਠਾਉਣਗੇ ਪਾ ਉਹ ਕਮਾਉਣਗੇ ਵੀ ਤੇ ਖਾਣਗੇ ਵੀ ਤੇ ਇਸ ਤਰ੍ਹਾਂ ਇਸ ਸਮਾ ਇਨਕਲਾਬ ਦੇ ਆਉਣ ਦੇ ਨਾਲ ਆਵੇਗਾ ਸੋਨੇ ਦੀ ਸਵੇਰ ਜਦੋਂ ਆਊ ਹਾਨੀਆਂ ਨੱਚੇਗਾ ਅੰਬਰ ਭੂਮੀਗਾਊ ਹਾਨੀਆਂ ਤੇ ਇਸ ਤਰ੍ਹਾਂ ਲਾਸਟ ਲਾਈਨ ਦੇ ਵਿੱਚ ਫੇਰ ਪਹਿਲੀਆਂ ਲਾਈਨਾਂ ਕਵੀ ਦੁਹਰਾਉਂਦਾ ਹੈ ਕਿ ਜਦੋਂ ਇਨਕਲਾਬ ਆਵੇਗਾ ਇਨਕਲਾਬ ਦੀ ਸੋਨੇ ਦੀ ਸਵੇਰ ਚੜੇਗੀ ਤੇ ਇਨਕਲਾਬ ਦੇ ਆਉਣ ਤੇ ਫਿਰ ਖੁਸ਼ੀ ਦੇ ਵਿੱਚ ਆਕਾਸ਼ ਵੀ ਨੱਚ ਪਵੇਗਾ ਅਤੇ ਇਹ ਧਰਤੀ ਵੀ ਖੁਸ਼ੀਆਂ ਦੇ ਗੀਤ ਗਾਵੇਗੀ ਤਾਂ ਇਹ ਤਾਂ ਸੀਗੇ ਇਸ ਕਵਿਤਾ ਦੇ ਅਰਥ ਹੁਣ ਆਪਾਂ ਇਸ ਕਵਿਤਾ ਦੇ ਨਾਲ ਸੰਬੰਧਿਤ ਅਗਲੇ ਪ੍ਰਸ਼ਨ ਬਾਚਦੇ ਹੈਗੇ ਅੱਗੇ ਹੈ ਪ੍ਰਸ਼ਨ ਗੀਤ ਦਾ ਵਿਸ਼ਾ ਵਸਤੂ ਥੀਮ ਜਾਂ ਵਿਚਾਰਾਂ ਦਾ ਸਾਰ ਲਿਖੋ ਗੀਤ ਨਾਮ ਇਹ ਕਵਿਤਾ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ੀ ਦੀ ਰਚਨਾ ਹੈ ਤਾਂ ਇਸ ਵਿੱਚ ਕਵੀ ਨੇ ਇਨਕਲਾਬ ਦੇ ਆਉਣ ਦੀ ਸੂਰਤ ਵਿੱਚ ਕਾਮ ਹੋਣ ਵਾਲੇ ਰਾਜ ਪ੍ਰਬੰਧ ਦੇ ਸੁੱਖਾਂ ਦਾ ਇੱਕ ਚਿੱਤਰ ਪੇਸ਼ ਕੀਤਾ ਹੈ ਕਵੀ ਕਹਿੰਦਾ ਹੈ ਕਿ ਜਦੋਂ ਇਨਕਲਾਬ ਦੀ ਸੋਨੇ ਰੰਗੀ ਸਵੇਰ ਚੜ੍ਹੇਗੀ ਤਾਂ ਧਰਤੀ ਅਤੇ ਅੰਬਰ ਨੱਚ ਤੇ ਗਾ ਸਕਣਗੇ ਗਾ ਉੱਠਣਗੇ ਇਸ ਵਿੱਚ ਲੋਕਾਂ ਦਾ ਰਾਜ ਹੋਵੇਗਾ ਤੇ ਉਹ ਆਪ ਹੀ ਮਹਿਨਤ ਦਾ ਮੁੱਲ ਪਾਉਣਗੇ ਅਤੇ ਧਰਤੀ ਉੱਤੇ ਸਵਰਗ ਦੀ ਸਿਰਜਣਾ ਕਰਨਗੇ ਇਸ ਪ੍ਰਬੰਧ ਵਿੱਚ ਕੋਈ ਵੀ ਲਹੂ ਪੀਣ ਵਾਲਾ ਲੁਟੇਰਾ ਨਹੀਂ ਬਚੇਗਾ ਅਤੇ ਕਿਰਤੀਆਂ ਦਾ ਲਾਲ ਉੱਚਾ ਝੰਡਾ ਲਹਿਰਾਉਂਦਾ ਰਹੇਗਾ ਇਸ ਪ੍ਰਬੰਧ ਵਿੱਚ ਕਿਸੇ ਨੂੰ ਵੀ ਭੁੱਖ ਨੰਗ ਕਰਕੇ ਫੁੱਟਪਾਥ ਉੱਤੇ ਸੌਣਾ ਨਹੀਂ ਪਵੇਗਾ ਇਸ ਪ੍ਰਬੰਧ ਦੇ ਵਿੱਚ ਸਾਰਿਆਂ ਦੇ ਜੀਉਣ ਦੇ ਸਮਾਨ ਇੱਕੋ ਜਿਹੇ ਹੋਣਗੇ ਕੋਈ ਕਿਸੇ ਦੀਆਂ ਪੂੰਗਰੀਆਂ ਹਾਂ ਜਾਂ ਆਸਾਂ ਨੂੰ ਰੋਲ ਨਹੀਂ ਸਕੇਗਾ ਅਤੇ ਨਾ ਹੀ ਕਿਸੇ ਗਰੀਬ ਦੇ ਦਿਲ ਨੂੰ ਦੁਖਾ ਸਕੇਗਾ ਇਸ ਪ੍ਰਬੰਧ ਦੇ ਵਿੱਚ ਨਾ ਕੋਈ ਡਰੇਗਾ ਤੇ ਨਾ ਹੀ ਕੋਈ ਕਿਸੇ ਨੂੰ ਡਰਾਵੇਗਾ ਇਸ ਪ੍ਰਬੰਧ ਦੇ ਵਿੱਚ ਕਿਸੇ ਮਾਂ ਦਾ ਬੱਚਾ ਭੁੱਖ ਦੇ ਭੁੱਖਾ ਨਹੀਂ ਸੌਵੇਗਾ ਇਸ ਪ੍ਰਬੰਧ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਇਨਸਾਫ ਮਿਲੇਗਾ ਤੇ ਸਾਰੇ ਦਬੇ ਕੁਚਲੇ ਲੋਕ ਸਹੀ ਅਰਥਾਂ ਵਿੱਚ ਜ਼ਿੰਦਗੀ ਨੂੰ ਖੁਸ਼ੀ ਨਾਲ ਮਾਨਣਗੇ ਤੇ ਜਨਤਾ ਦੇ ਦੁਖੀ ਲੋਕਾਂ ਨੂੰ ਸਜ਼ਾ ਮਿਲੇਗੀ ਤੇ ਜਦੋਂ ਕੋਈ ਵੀ ਤਕੜਾ ਮਾੜੇ ਨੂੰ ਸਤਾ ਨਹੀਂ ਸਕੇਗਾ ਇਸ ਰਾਜ ਪ੍ਰਬੰਧ ਦੇ ਵਿੱਚ ਆਰਥਿਕ ਸਾਧਨਾਂ ਦੀ ਬਰਾਬਰ ਦੀ ਵੰਡ ਹੋਵੇਗੀ ਤੇ ਲੋਕਾਂ ਦੇ ਆਪਸੀ ਵੈਰ ਭਾਵ ਈਰਖਾ ਤੇ ਨਫਰਤ ਅਤੇ ਧਰਮ ਦੇ ਵਿਤਕਰੇ ਮਟਕ ਜਾਣ ਮਿਟ ਜਾਣਗੇ ਤੇ ਧਰਤੀ ਉੱਤੇ ਇੱਕੋ ਹੀ ਇੱਕ ਕੀਰਤੀ ਸਮਰਾਜ ਕੀਰਤੀ ਜਮਾਦਾਰ ਰਾਜ ਹੋਵੇਗਾ ਇਸ ਕਰਕੇ ਹਰ ਇੱਕ ਦਿਨ ਤੇ ਰਾਤ ਖੁਸ਼ੀਆਂ ਭਰੇ ਹੋਣਗੇ ਅਤੇ ਮਿਹਨਤੀ ਲੋਕ ਰਾਜ-ਰਾਜ ਕੇ ਖੁਸ਼ੀਆਂ ਮਾਨਣਗੇ। ਅਗਲਾ ਪੈਸ਼ਾਨ ਗੀਤ ਦਾ ਕੇਂਦਰੀ ਪਾਵ ਲਿਖੋ। ਇਨਕਲਾਬ ਆਉਣ ਪਿੱਛੋਂ ਲੋਕਾਂ ਦਾ ਰਾਜ ਕਾਇਮ ਹੋਏਗਾ ਜਿਸ ਵਿੱਚ ਹਰੇਕ ਵਿਅਕਤੀ ਨੂੰ ਕਿਰਤ ਦਾ ਪੂਰਾ ਮਿਲ ਮਿਲੇਗਾ ਤੇ ਕੋਈ ਲਹੂ ਪੀਣਾ ਲੁਟੇਰਾ ਨਹੀਂ ਬਚੇਗਾ ਤੇ ਕਿਰਤਿਆਂ ਦੀ ਇੱਕੋ ਜਿਹੀ ਮਾਤ ਰਹਿ ਜਾਣ ਕਰਕੇ ਉਸ ਦਾ ਝੰਡਾ ਲਾਲ ਝੰਡਾ ਉੱਚਾ ਲਹਿਰਾਵੇਗਾ। ਇਸ ਨਾਲ ਭੁੱਖ ਨੰਗ ਗਰੀਬਾਂ ਉੱਤੇ ਜ਼ਬਰ ਬੈਰ ਭਾਵ ਤੇ ਵਿਤਕਰੇ ਦੇ ਭਾਵ ਖਤਮ ਹੋ ਜਾਣਗੇ। ਸਭ ਨੂੰ ਸਾਫ ਮਿਲੇਗਾ ਤੇ ਕਿਰਤ ਦਾ ਪੂਰਾ ਮੁੱਲ ਮਿਲੇਗਾ ਜਿਸ ਨਾਲ ਹਰ ਪਾਸੇ ਖੁਸ਼ੀ ਦਾ ਵਾਤਾਵਰਨ ਫੈਲ ਜਾਵੇਗਾ ਇਹ ਤਾਂ ਸੀਗੇ ਸਾਡੀ ਕਵਿਤਾ ਗੀਤ ਦੇ ਅਰਥ ਵਿਚਾਰਾਂ ਦਾ ਸਾਰ ਅਤੇ ਕੇਂਦਰੀ ਭਾਵ ਉਮੀਦ ਕਰਦੀ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝਣ ਲੱਗੇ ਹੋਣਗੇ ਤੇ ਇਸ ਵਿੱਚ ਜਿਹੜਾ ਕਵੀ ਨੇ ਦੱਸਿਆ ਹੈਗਾ ਵੀ ਕਿਸ ਤਰ੍ਹਾਂ ਇਨਕਲਾਬ ਦੇ ਆਉਣ ਦੇ ਨਾਲ ਲੋਕਾਂ ਦੇ ਹਰ ਪਾਸੇ ਸਮਾਜ ਦੇ ਵਿੱਚ ਖੁਸ਼ੀ ਦਾ ਵਾਤਾਵਰਨ ਫੈਲ ਜਾਵੇਗਾ ਤੇ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਿਓ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਇਸ ਚੈਨਲ ਤੇ ਨਵੇਂ ਆਏ ਹੈਗੇ ਤਾਂ ਇਸ ਚੈਨਲ ਦੀ ਪਲੇਲਿਸਟ ਵੀ ਜਰੂਰ ਵੇਖਿਓ ਫਰਸਟ ਸੈਮੈਸਟਰ ਦੇ ਲਈ ਹਿਸਟਰੀ ਦਾ ਕੰਮ ਇਲੈਕਟਿਵ ਪੰਜਾਬੀ ਦਾ ਕੰਮ ਤੇ ਜਨਰਲ ਪੰਜਾਬੀ ਦਾ ਕੰਮ ਅਪਲੋਡ ਕੀਤਾ ਜਾ ਰਿਹਾ ਹੈਗਾ ਤੇ ਇਸ ਕਵਿਤਾ ਦੇ ਨਾਲ ਆਪਣਾ ਜੋ ਜਨਰਲ ਪੰਜਾਬੀ ਦਾ ਕਵਿਤਾ ਭਾਗ ਹੈ ਉਹ ਕੰਪਲੀਟ ਹੋ ਗਿਆ ਹੈ ਤੇ ਬਾਕੀ ਦਾ ਰਹਿਦਾ ਕੰਮ ਵੀ ਜਰੂਰ ਕਰਵਾਵਾਂਗੀ ਇਹ ਮੈਂ ਵਾਦਾ ਕਰਦੀ ਹੈਗੀ ਜਿਸ ਵੀ ਕਲਾਸ ਦਾ ਕੰਮ ਆਰੰਭ ਕੀਤਾ ਹੋਇਆ ਹੈਗਾ ਹਰੇਕ ਦਾ ਸਿਲੇਬਸ ਐਗਜ਼ਾਮ ਤੋਂ ਪਹਿਲਾਂ ਪਹਿਲਾਂ ਪੂਰਾ ਮਿਲੇਗਾ ਤੇ ਇਸ ਕਰਕੇ ਹੀ ਮੈਂ ਕਈ ਵਾਰ ਜਿਹੜਾ ਹੈ ਇੱਕ ਦਿਨ ਦੇ ਵਿੱਚ ਦੋ ਵੀਡੀਓਜ਼ ਅਪਲੋਡ ਕਰ ਦਿੰਦੀ ਹੈਗੀ ਇਹ ਮੇਰੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਕਿਸੇ ਵੀ ਸਿਲੇਬਸ ਨੂੰ ਮੈਂ ਆਰੰਭ ਕੀਤਾ ਹੈ ਤਾਂ ਉਸ ਨੂੰ ਜਿਹੜਾ ਹੈ ਕੰਪਲੀਟ ਕਰਨਾ ਵੀ ਮੇਰੀ ਜ਼ਿੰਮੇਵਾਰੀ ਹੈਗੀ ਤੁਸੀਂ ਇਸ ਲਈ ਫਿਕਰ ਨਾ ਕਰਿਆ ਕਰੋ ਕਿਸੇ ਵੀ ਤਰ੍ਹਾਂ ਦਾ ਤੇ ਇਸ ਤੋਂ ਬਾਅਦ ਹੁਣ ਆਪਾਂ ਫਿਰ ਗ੍ਰਾਮਰ ਦਾ ਕੰਮ ਕਰਾਂਗੇ ਇਸ ਵਿਸ਼ੇ ਦੇ ਨਾਲ ਸੁੰਦਿਤ ਜਾਂ ਹਿਸਟਰੀ ਦਾ ਵੀ ਕਰਨਾ ਤੇ ਆਪਣਾ ਇਲੈਕਟਿਵ ਪੰਜਾਬੀ ਦਾ ਵੀ ਕਰਨਾ ਹੈਗਾ ਤੇ ਇਹਨਾਂ ਵਿੱਚੋਂ ਕੋਈ ਵੀ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋਈ ਤਾਂ ਪੰਜਾਬੀ ਮਾਮੂਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਾ ਜਾਣਾ ਫਿਰ ਮਿਲਦੇ ਹੈਗੇ ਅਗਲੀ ਵੀਡੀਓ ਦੇ ਨਾਲ